ਗੁਰਬਾਣੀ ਦਾ ਫਰਮਾਨ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਉਹ ਲੱਗਾ ਕਿੱਤ ਕੋ ਫਕੜੇ, ਸਭ ਮੁੱਕਦੀ ਚੱਲੀ ਰਹਿਣ, ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮਹਾਰਾਜ ਕਹਿੰਦੇ ਨੇ ਤੈਨੂੰ ਹੀਰੇ ਵਰਗਾ ਜਨਮ ਸਿਮਰਨ ਕਰਨ ਵਾਸਤੇ ਮਿਲਿਆ ਹੈ, ਤੂੰ ਇਸ ਹੀਰੇ ਜਨਮ ਨੂੰ ਨਸ਼ਿਆਂ ਦੇ ਵਿੱਚ ਡੋਬ ਲਿਆ ਹੈ। ਨਸ਼ਾ ਇਹ ਦੁਨੀਆਂ ਦਾ ਬਹੁਤ ਵੱਡਾ ਕੋੜ ਹੈ, ਜਿਸ ਨੂੰ ਇਹ ਲੱਗ ਜਾਂਦਾ ਹੈ ਉਸ ਦੀ ਜ਼ਮੀਨ ਜਾਇਦਾਦ, ਇੱਥੋਂ ਤੱਕ ਕਿ ਉਸ ਦੇ ਘਰ ਦੇ ਭਾਂਡੇ ਵੀ ਵਿਕ ਜਾਂਦੇ ਹਨ। ਇਸ ਨਸ਼ੇ ਦੇ ਕਾਰਨ ਨਸ਼ਈ ਆਪਣੇ ਘਰ ਬਾਰ ਤੋਂ ਇਲਾਵਾ ਆਪਣਾ ਈਨ ਇਮਾਨ, ਮਾਂ ਭੈਣ ਧੀ ਦੀ ਇੱਜ਼ਤ ਵੀ ਦਾਅ ਤੇ ਲਾ ਦਿੰਦੇ ਹਨ। ਇਹ ਇਨਸਾਨ ਜੇ ਨਸ਼ਾ ਕਰਨਾ ਹੈ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਦਾ ਕਰ। ਨਸ਼ਾ ਨਸ਼ਾ ਤਾਂ ਹਰ ਕੋਈ ਕਹਿੰਦਾ, ਨਸ਼ਾ ਜਿਹੜਾ ਚੜ ਜਾਵੇ ਉਹਦਾ ਨਸ਼ਾ ਹੈ ਪੀਣਾ ਮਾੜਾ, ਜੋ ਪੀ ਕੇ ਸ਼ਾਨ ਗਵਾਵੇ, ਇੱਕ ਨਸ਼ਾ ਗਮ ਹੌਲਾ ਕਰੇ, ਇੱਕ ਗਿੱਦੜੋਂ ਸ਼ੇਰ ਬਣਾਵੇ। ਅਸਲੀ ਨਸ਼ਾ ਹੈ ਬਾਣੀ ਵਾਲਾ, ਜੋ ਬਿਨ ਪੀਤੇ ਚੜ ਜਾਵੇ। ਇਸ ਪੰਜਾਬ ਦੀ ਧਰਤੀ ਤੇ, ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਪਿਆ ਹੈ। ਕਵੀ ਦੇ ਖਿਆਲਾਂ ਨੂੰ ਆਪ ਜੀ ਦੇ ਸਾਹਮਣੇ ਬੀਬੀ ਸੁਰਿੰਦਰ ਕੌਰ ਭੁਲਾਣਾ, ਬੀਬੀ ਮਨਜਿੰਦਰ ਕੌਰ ਫਰਾਲਾ, ਸਰੰਗੀ ਮਾਸਟਰ ਭਾਈ ਅਮਰੀਕ ਸਿੰਘ ਮੀਕਾ ਪਿੰਡ ਭਗਵਾਨਪੁਰ, ਦਾਸ ਸਰਬਜੀਤ ਸਿੰਘ ਕਲੇਰ ਦਾ ਢਾਡੀ ਜਥਾ ਇੰਜ ਕਹਿੰਦਾ ਹੈ।